जी मैं अमरजीत धमान, तुम देख रहे हो ये धमान चैनल। सो अज रोपड़ रोड कुराली शहर के हॉस्पिटल के सामने इतने छोटे जो साहबजादे ਅਤੇ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਬ੍ਰੈਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ ਅਤੇ ਇੱਥੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ ਹੈ ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦੀਆਂ ਤਸਵੀਰਾਂ। ਤੇਰਾ ਤੇਰਾ ਕਹਿ ਕੇ ਸਭ ਕੁਝ ਵੰਡਦਾ ਦੁਨੀਆ ਨੂੰ ਆਪ ਛਕਾਇਆ ਭੋਜਨ ਬਾਬੇ ਰਿਸ਼ੀਆਂ ਮੁਨੀਆਂ ਨੂੰ ਤੇਰਾ ਤੇਰਾ ਕਹਿ ਕੇ ਸਭ ਕੁਝ ਵੰਡਦਾ ਦੁਨੀਆ ਨੂੰ ਆਪ ਛਕਾਇਆ ਭੋਜਨ ਬਾਬੇ ਰਿਸ਼ੀਆਂ ਮੁਨੀਆਂ ਨੂੰ ਐਸਾ ਸੱਚਾ ਸੌਦਾ ਵੇ ਦੱਸ ਕਿਸ ਕਰ ਜਾਣਾ ਏ ਨਾਨਕ ਕਰਕੇ ਤਲਵੰਡੀ ਦਾ ਨਾਰਨ ਗਾਣਾ ਪਹਿਲਾਂ ਤਾਂ ਬਹੁਤ ਹੀ ਸਤਿਕਾਰਯੋਗ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੀ ਕਵਰੇਜ ਕਰ ਰਹੇ ਹੈ। ਕਰੋਨਾ ਕਾਲ ਦੇ ਚਲਦੇ 3 ਸਾਲ ਤੋਂ ਜੋ ਵੀ ਸੰਤਾਪ ਅਸੀਂ ਭੋਗ ਰਹੇ ਹਾਂ ਅਸੀਂ ਵੀ ਭੋਗਿਆ ਇਹਦੇ ਵਿੱਚ, ਇਸ ਕਰਕੇ ਅਸੀਂ ਹਰ ਸਾਲ ਦੀ ਤਰ੍ਹਾਂ ਲੰਗਰ ਲਾਉਂਦੇ ਸੀਗੇ ਲੇਕਿਨ ਲੰਗਰ ਨਹੀਂ ਲੱਗ ਪਾਇਆ ਅਤੇ ਹੁਣ ਸਾਡੀ ਐਡੇ ਮਹਾਨ ਸ਼ਖਸੀਅਤ ਕਲੰਗੀਆਂ ਵਾਲੇ ਸਾਡੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਉਹਨਾਂ ਦੇ ਸਾਹਿਬਜ਼ਾਦੇ ਜਿਨ੍ਹਾਂ ਨੇ ਸਾਡੀ ਕੌਮ ਦੇ ਲਈ ਐਡੀ ਬੜੀ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਲਈ ਸਮਰਪਿਤ ਸਾਡਾ ਇਹ ਪੂਰੇ ਸਮੂਹ ਸਾਡੀ ਮਾਰਕੀਟ ਅਤੇ ਸਾਡੇ ਜਿੰਨੇ ਵੀ ਸਾਹਮਣੇ ਟੈਕਸੀ ਸਟੈਂਡ ਤੋਂ ਸਾਡੇ ਟੈਂਪੂ ਯੂਨੀਅਨ ਦੇ ਜਿੰਨੇ ਵੀ ਸਾਡੇ ਸਤਿਕਾਰਯੋਗ ਸਾਡੇ ਵੀਰ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੰਗਰ ਲਾਇਆ ਜਾਂਦਾ ਉਹਨਾਂ ਦੇ ਸਹਿਯੋਗ ਦੇ ਨਾਲ ਲੰਗਰ ਲਾ ਕੇ ਅਸੀਂ ਨਿਹਾਲ ਆਉਂਦੇ ਹਾਂ ਤਾਂ ਕਿ ਸਾਡੇ ਮਾਰਕੀਟ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਡੀ ਮਾਰਕੀਟ ਇਸ ਸਹਿਯੋਗ ਦੇ ਨਾਲ ਅਸੀਂ ਲੰਗਰ ਲਾਇਆ ਜਾਂਦਾ। ਲੰਗਰ ਦੇ ਵਿੱਚ ਕਿਆ ਕਿਆ ਵਰਤਾਇਆ ਗਿਆ ਸੰਗਤ ਨੂੰ? ਲੰਗਰ ਦੇ ਵਿੱਚ ਸਾਡਾ ਪਰੰਪਰਾ ਜਿਹੜੀ ਸਾਡੀ ਪਹਿਲਾਂ ਤੋਂ ਚੱਲੀ ਆ ਰਹੀ ਹੈ ਬ੍ਰੈਡ ਪਕੌੜਾ ਅਤੇ ਅਸੀਂ ਚਾਹ ਦਾ ਲੰਗਰ ਇੱਥੇ ਲਾਇਆ ਜਾਂਦਾ। ਇਹ ਲੰਗਰ ਕਿੰਨੇ ਵਜੇ ਸ਼ੁਰੂ ਹੋਇਆ ਸੀਗਾ ਅਤੇ ਕਦੋਂ ਤੱਕ ਜਾਰੀ ਰਹੇਗਾ? ਸਵੇਰੇ 10:30 ਵਜੇ ਅਸੀਂ ਲੰਗਰ ਸਟਾਰਟ ਕਰਿਆ ਤਾ ਜੀ, ਜਦ ਤੱਕ ਉਹਨਾਂ ਦੀ ਮਿਹਰ ਹੈ ਜਦ ਤੱਕ ਉਹਨਾਂ ਦੀ ਕਿਰਪਾ ਹੈ ਜਦ ਤੱਕ ਇਹ ਲੰਗਰ ਚੱਲਦਾ ਰਹੇਗਾ। ਅੱਜ ਸਮੂਹ ਮਾਰਕੀਟ ਦੇ ਸਹਿਯੋਗ ਨਾਲ ਸਾਡੇ ਸ਼ਹਿਰ ਵਿੱਚ ਜਿਹੜਾ ਲੰਗਰ ਲੱਗਿਆ ਹੈ ਉਹਦੇ ਅਸੀਂ ਆਪਣੀ ਮਾਰਕੀਟ ਦੇ ਬਹੁਤ ਧੰਨਵਾਦੀ ਹਾਂ। ਪਰਮਾਤਮਾ ਕਰੇ ਹਰ ਸਾਲ ਇਹ ਲੰਗਰ ਲੱਗਦਾ ਰਹੇ, ਇਹਦੇ ਨਾਲ ਤਾਂ ਵੱਧ ਚੜ੍ਹ ਕੇ ਲੱਗਦਾ ਰਹੇ ਅਤੇ ਬਾਕੀ ਸਾਡੀ ਅਮਨ ਸ਼ਾਂਤੀ ਸਾਡੇ ਦੇਸ਼ ਦੀ ਸਾਡੇ ਮਾਰਕੀਟ ਦੀ ਇੱਦਾਂ ਹੀ ਬਣੀ ਰਹੇ, ਹਰ ਸਾਲ ਸਾਡੇ ਸ਼ਹਿਰ ਵਿੱਚ ਲੰਗਰ ਲੱਗਦਾ ਰਹੇ। ਸਰ ਇਹ ਲੰਗਰ ਕਿਹਨਾਂ ਦੀ ਯਾਦ ਦੇ ਵਿੱਚ ਲਾਇਆ ਗਿਆ? ਇਹ ਸਾਹਿਬਜ਼ਾਦਿਆਂ ਦੀ ਯਾਦ ਅਤੇ ਮਾਤਾ ਗੁਜਰੀ ਜੀ ਦੇ ਯਾਦ ਵਿੱਚ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੀ ਯਾਦ ਵਿੱਚ ਲਾਇਆ ਗਿਆ ਹੈ। ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਹੈ ਆਪਣਾ ਜਿਹੜੇ ਸਾਡੇ ਬੱਚੇ ਹੈ ਉਹ ਵੀ ਉਸੇ ਰਾਹਾਂ 'ਤੇ ਚੱਲੇ, ਆਪਣਾ ਕੇਸਧਾਰੀ ਰਹਿਣ, ਸਿੰਘ ਸਜਣ, ਤਾਂ ਕਿ ਜੋ ਸਾਡਾ ਅਗਲਾ ਪੰਜਾਬ ਹੈ ਸਿੱਖੀ ਨਾਲ ਨਿਹਾਲ ਹੋ ਜਾਵੇ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹ ਧੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ।